वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। अपनी अज दी वीडियो उन्हां दे लई आ जो रोजाना ही अमृत वेले उठदे ने, अमृत वेले उठ के इशनान करके बाणी पढ़दे ने, तां उन्हां ने इस शब्द दा जाप करना है। तां देखना इस शब्द दा जाप करन दे नाल उस मालक दी वाहिगुरु अकाल पुरख जी दी बेअंत कृपा हासिल होवेगी। तां इस करके अज दी वीडियो दे विच आपां उसे शब्द बारे गल करन जा रहे हां। ता देखो जी साडे विचों बहुते मनुख अजे ने जिन्हां दा अमृत वेला पक्का है, भाव कि ओह रोजाना अमृत वेले उठदे ने अते अमृत वेले उठ के सब तो पहला इशनान करदे ने, इशनान करन तो बाद बाणी पढ़दे ने, भाव कि उहनां दा अमृत वेला, अमृत वेले दा इशनान अते अमृत वेले दा नित नेम पक्का है। ਉਹ ਕਦੇ ਵੀ ਕਿਸੇ ਵੀ ਹਾਲਾਤ ਦੇ ਵਿੱਚ ਨਾਗਾ ਨਹੀਂ ਪਾਉਂਦੇ। ਪਰ ਇੱਥੇ ਸਾਡੇ ਸੰਤ ਮਹਾਂਪੁਰਖ ਜੀ ਕਹਿੰਦੇ ਆ ਕਿ ਕਈ ਵਾਰ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ, ਪਰ ਅਸੀਂ ਆਪਣੇ ਅੰਮ੍ਰਿਤ ਵੇਲੇ ਦਾ, ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਅਤੇ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਕਿਤੇ ਨਾ ਕਿਤੇ ਹੰਕਾਰ ਕਰ ਬੈਠਦੇ ਹਾਂ ਅਤੇ ਇਹ ਹੰਕਾਰ ਸਾਡੀ ਕੀਤੀ ਹੋਈ ਕਮਾਈ ਨੂੰ ਵਿਅਰਥ ਕਰ ਦਿੰਦਾ ਹੈ। ਤਾਂ ਇਸ ਹੰਕਾਰ ਤੋਂ ਬਚਣ ਦੇ ਲਈ ਸਾਨੂੰ ਸੰਤ ਮਹਾਂਪੁਰਖ ਜੀ ਯੁਗਤੀ ਦੱਸਦੇ ਨੇ। ਉਹ ਕਹਿੰਦੇ ਨੇ ਕਿ ਜਦੋਂ ਵੀ ਆਪਾਂ ਅੰਮ੍ਰਿਤ ਵੇਲੇ ਉੱਠਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਸ਼ੁਕਰਾਨਾ ਕਰਨ ਤੋਂ ਬਾਅਦ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ, ਤਾਂ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਦਸਾਂ ਗੁਰੂ ਸਾਹਿਬਾਨਾਂ ਦਾ ਨਾਮ ਲੈ ਕੇ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤੀ ਨਾ ਹੋਏ। ਇਸ ਸ਼ਬਦ ਦਾ ਜਾਪ ਕਰਨਾ ਹੈ। ਫਿਰ ਉਸ ਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਆਪਾਂ ਬਾਣੀ ਪੜ੍ਹਨੀ ਹੈ, ਬਾਣੀ ਪੜ੍ਹ ਕੇ ਵੀ ਇਸੇ ਤਰ੍ਹਾਂ ਦਸਾਂ ਗੁਰੂ ਸਾਹਿਬਾਨਾਂ ਦਾ ਨਾਮ ਲੈ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਅਤੇ ਅਰਦਾਸ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ, ਇਹ ਸਭ ਕੁਛ ਮੈਂ ਤੁਹਾਡੀ ਕਿਰਪਾ ਦੇ ਨਾਲ ਕਰ ਰਿਹਾ ਹਾਂ, ਤੁਹਾਡੀ ਕਿਰਪਾ ਦੇ ਨਾਲ ਹੀ ਅੰਮ੍ਰਿਤ ਵੇਲੇ ਉੱਠ ਰਿਹਾ ਹਾਂ, ਇਸ਼ਨਾਨ ਕਰ ਰਿਹਾ ਹਾਂ, ਇਸ਼ਨਾਨ ਕਰਕੇ ਬਾਣੀ ਪੜ੍ਹ ਰਿਹਾ ਹਾਂ, ਇਹ ਸਭ ਕੁਛ ਤੁਹਾਡੀ ਕਿਰਪਾ ਦੇ ਨਾਲ ਹੋ ਰਿਹਾ ਹੈ, ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ। ਇਹ ਅਰਦਾਸ ਬੇਨਤੀ ਰੋਜ਼ਾਨਾ ਕਰਨੀ ਆ ਅਤੇ ਇਹ ਬੇਨਤੀ ਕਰਨੀ ਆ ਕਿ ਮਾਲਕਾ ਇਹ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣੀ, ਕਦੀ ਵੀ ਮੇਰੇ ਮਨ ਵਿੱਚ ਕਿਸੇ ਵੀ ਗੱਲ ਦਾ ਹੰਕਾਰ ਨਾ ਆਉਣ ਦੇਣਾ।